ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜਾਣਿਆਂ ਨੂੰ ਹੋਪਫੁਲ ਤੇ ਸਾਰੇ ਠੀਕ ਠਾਕ ਹੋਵੋਗੇ ਸਾਰਿਆਂ ਜਾਣਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਪਨੀਰ ਲੈਣਾ ਪਨੀਰ ਅੱਜ ਪਨੀਰ ਹੀ ਘਰਾਂ 'ਚ ਬਣਨ ਡਿਆ ਤੇ ਪਨੀਰ ਲੈਣਾ ਹੀ ਲੈ ਲਓ ਜੀ ਲੈ ਲਓ ਤੇ ਹੋਪਫੁਲ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਪੁੱਛ ਲਿਆ ਤੇ ਮਿਲ ਜਾਣਾ ਮੈਂ ਨਹੀਂ ਤੁਹਾਨੂੰ ਕਹਿਣਾ ਅੱਜ ਆਪਾਂ ਅੰਮ੍ਰਿਤਸਰ ਆਏ ਕਿਉਂਕਿ ਦੀਵਾਲੀ ਏਦਾਂ ਹੀ ਆਮ ਮਾਵਾਂ ਮੰਮੀ ਨਹੀਂ ਘਰ ਹੈਗੇ ਪਰ ਮੰਮੀ ਤੋਂ ਬਿਨਾਂ ਦੀਵਾਲੀ ਹੋਈਆਂ ਨਹੀਂ ਪਰ ਚਲੋ ਇਹ ਆਪਣੇ ਛੇ ਛੇਤੀ ਆਪਣੇ ਘਰ ਆਉਣ ਫਿਰ ਤੇ ਮੰਮੀ ਨੂੰ ਮੇਰੀ ਨੂੰ ਬੜੇ ਚਾਅ ਹੁੰਦੇ ਵੀ ਮੇਰੀ ਆ ਵੀ ਘਰ ਵਿੱਚ ਇੱਦਾਂ ਕਰਨਾ ਇਸ ਕਰਕੇ ਮੈਂ ਕਰੂੰਗੀ ਅੱਜ ਸਾਰਾ ਕੁਝ ਦੀਵੇ ਲੀਲੇ ਆ ਮੈਂ ਤੇ ਨੇਕ ਨੇ ਤਾਂ ਵੇਖੋ ਦੀਵੇ ਹੀ ਹੁਣੇ ਲਏ ਆ ਹੋਰ ਵੀ ਜਿਹੜਾ ਸਮਾਨ ਆ ਮੈਂ ਤੇ ਹਰਨੇਕ ਲੀਲੀ ਹੈ ਹਰਨੇਕ ਵਾਲੇ ਕੈਮਰੇ 'ਚ ਕਿਉਂ ਆਉਣੀ ਕਿਉਂਕਿ ਸਿੱਧਾ ਹੋਸਪਿਟਲ ਤੋਂ ਹੀ ਆਉਂਦੇ ਹਾਂ ਕਿਉਂਕਿ ਮੰਮੀ ਮੇਰੇ ਫੇਰ ਨਹੀਂ ਠੀਕ ਬਟ ਹੌਲੀ ਹੌਲੀ ਕੋਈ ਨਾ ਵਾਹਿਗੁਰੂ ਜੀ ਨੇ ਛੇਤੀ ਠੀਕ ਕਰ ਦੇਣ ਜਿੱਥੇ ਇੰਨਾ ਠੀਕ ਕਰਤਾ ਅਤੇ ਬਸ ਅਸੀਂ ਸਮਾਨ ਲੈ ਲਈਏ ਅਤੇ ਮੈਂ ਕਿਹਾ ਅੱਜ ਮੰਮੀ ਨੂੰ ਇਹ ਲੱਗਿਆ ਮੇਰੀ ਕੁੜੀ ਜ਼ਿੰਮੇਦਾਰ ਹੋ ਗਈ ਮਤਲਬ ਜ਼ਿੰਮੇਵਾਰੀ ਸਾਂਭਣ ਲੱਗ ਪਈ ਮੈਂ ਕਰੂੰਗੀ ਸਾਰਾ ਕੁਝ ਪਰ ਮੇਰੀ ਮੰਮੀ ਵੀ ਛੇਤੀ ਛੇਤੀ ਆ ਜਾਏ ਅਤੇ ਪਰੀ ਨੂੰ ਮਿਲਾਉਂਦੇ ਹਾਂ ਪਰੀ ਹਾਲ ਪਰੀ ਕੀ ਗੱਲ ਆ ਹੈ ਮੈਨੂੰ ਨਾ ਬੜੇ ਚਾਅ ਮੈਂ ਵੀ ਠੀਕ ਨਹੀਂ ਨਾ ਅਤੇ ਨਾ ਮੈਂ ਇੰਜੈਕਸ਼ਨ ਲੱਗਾ ਮੈਨੂੰ ਆਂਦੀ ਦੀਦੀ ਤੇਰੇ ਦਰਦ ਕਿ ਨਹੀਂ ਮੈਂ ਕਿਹਾ ਨਹੀਂ ਤੇ ਬੜੇ ਚਾਹੋਂ ਨੇ ਬਾਅਦ ਵਿੱਚ ਨਹੀਂ ਇੱਕ ਚਾਰ ਬੰਦਿਆਂ ਨੇ ਫੜ ਕੇ ਇਹਨੂੰ ਇੰਜੈਕਸ਼ਨ ਲਵਾਇਆ ਜੇ ਇੱਕ ਕੁੜੀ ਨੂੰ ਓਈ ਵੱਡੀ ਹੈ ਚਲ ਹੈਪੀ ਦੀਵਾਲੀ ਕਹਿ ਸਾਰਿਆਂ ਨੂੰ ਹੈਪੀ ਦੀਵਾਲੀ ਕਹਿ ਮੇਰੀ ਮਾਸੀ ਨੇ ਛੇਤੀ ਘਰ ਆਣਾ ਆ ਜਾਣਗੇ ਹੈ ਜਲਦੀ ਆ ਜਾਣਾ ਉਹਨਾਂ ਨੇ ਆਣਾ ਕਿ ਹੁਣੇ ਮੈਂ ਵੀ ਉੱਥੇ ਹੀ ਆਈ ਆ ਹੁਣੇ ਅਸੀਂ ਵੀ ਉੱਥੇ ਹੀ ਆਏ ਆ ਮੈਂ ਇਕੱਲੀ ਥੋੜੀ ਨਾ ਰੋਲੇ ਨਾ ਪਾ ਜ਼ਿਆਦਾ ਤੇ ਚਲੋ ਥੋੜ੍ਹਾ ਜਿਹਾ ਸਮਾਨ ਮੈਂ ਕਿਹਾ ਨੇਕ ਹੋਰ ਲੈ ਲਈਏ ਥੋੜ੍ਹਾ ਆਪਾਂ ਲੈ ਲਿਆ ਤੇ ਆਪਾਂ ਹੁਣ ਚੱਲੀਏ ਸਿੱਧਾ ਘਰ ਕਿਉਂਕਿ ਹਾਲਤ ਬੜੀ ਖਰਾਬ ਹੋਈ ਆ ਤੇ ਘਰ ਚੱਲੀਏ ਸਿੱਧਾ ਤੇ ਇੰਜੈਕਸ਼ਨ ਲਵਾਇਆ ਕਿ ਇੱਕ ਦੋ ਮਹੀਨਿਆਂ ਨੇ ਹਾਂ ਨੇਕ ਵੀ ਠੀਕ ਆ ਮੈਂ ਖੁਦ ਵੀ ਨਹੀਂ ਤੁਹਾਨੂੰ ਪਤਾ ਜਿਹੜਾ ਹਸਪੀਟਲ ਉਹ ਵੀ ਨਾਲ ਹੋ ਜਾਂਦਾ ਹਰ ਨੇਕ ਵੀ ਨਹੀਂ ਠੀਕ ਮੈਂ ਵੀ ਨਹੀਂ ਠੀਕ ਇੰਜੈਕਸ਼ਨ ਲਵਾਇਆ ਫਿਰ ਮੈਂ ਕਿਹਾ ਚੱਲ ਨੇਕ ਦੀਵਾਲੀ ਹੈਗੀ ਆ ਅਤੇ ਇੱਦਾਂ ਨਹੀਂ ਜਾਣਦੇ ਨਹੀਂ ਮੰਮੀ ਨੇ ਕੋਈ ਨਾ ਵਾਹਿਗੁਰੂ ਨੇ ਛੇਤੀ ਠੀਕ ਕਰਕੇ ਭੇਜਣਾ ਪਰ ਆਪਾਂ ਸੁਣਨਾ ਨਹੀਂ ਘਰ ਛੱਡਣਾ ਘਰ ਨਹੀਂ ਸੁਣਨਾ ਛੱਡਣਾ ਅਤੇ ਕੋਈ ਗੱਲ ਨਹੀਂ ਆਪਾਂ ਦੀਵੇ ਗੁਰਦੁਆਰੇ ਵੀ ਜਾਈਏ ਅਤੇ ਘਰ ਵੀ ਚਲੋ ਲੈ ਕੇ ਜਾਈਏ ਅਤੇ ਗੁਰਦੁਆਰੇ ਮੱਥਾ ਟੇਕੇਗੀ ਨਾਲ ਅਤੇ ਚੱਲ ਲੈ ਆਈਏ ਅਤੇ ਹੁਣ ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਇਹਦੀ ਹਾਲਤ ਵੀ ਇਹਦੀ ਹਾਲਤ ਵੀ ਵੇਖ ਵੀ ਨਹੀਂ ਠੀਕ ਮਤਲਬ ਮਨ ਜਾ ਉਦਾਸ ਦਿੰਦਾ ਵੀ ਮੰਮੀ ਘਰੇ ਚਾਹੀਦੀ ਆ ਇੰਨੇ ਵਧੀਆ ਵਧੀਆ ਦਿਨ ਤੇ ਮੰਮੀ ਨਹੀਂ ਹੈਗੀ ਹਾਂਜੀ ਆਂਟੀ ਹਾਂਜੀ ਹਾਂਜੀ ਕੰਮ ਹੀ ਕੋਈ ਅਰੇ ਜੀ ਜਾਂ ਨਹੀਂ ਲੱਗ ਮਤਲਬ ਹੋਰ ਤਰ੍ਹਾਂ ਹੁੰਦੀ ਮਾਵਾਂ ਤੋਂ ਬਿਨਾਂ ਤੁਹਾਨੂੰ ਪਤਾ ਕਿਉਂਕਿ ਸਾਰਾ ਕੁਝ ਬਣਾ ਕੇ ਦੇਣਾ ਹੁੰਦਾ ਮੰਮੀ ਆਹ ਖਾਣਾ ਆਹ ਖਾਣਾ ਅਜੇ ਦੋਵੇਂ ਭੈਣ ਭਰਾ ਹਲੇ ਬਾਜ਼ਾਰ 'ਚ ਹੀ ਤੁਰੇ ਫਿਰ ਗਏ ਚਲੋ ਕੋਈ ਨਾ ਮਿਲਦੇ ਘਰ ਜਾ ਘਰ ਜਾ ਕੇ ਮਿਲਦੇ ਹਾਂ ਥੋੜ੍ਹਾ ਜਿਹੜਾ ਸਮਾਨ ਹੈਗਾ ਉਹ ਵੀ ਲੈਂਦੇ ਹਾਂ ਅਤੇ ਕੋਈ ਨਾ ਮਿਲਦੇ ਤੁਹਾਨੂੰ ਲੋ ਬਾਜ਼ਾਰ ਕਿੰਨੇ ਸੱਜੇ ਹੋਏ ਆ ਸਾਡੇ ਪਿੰਡਾਂ ਦੇ ਵੀ ਉੱਥੇ ਕਰ ਲਈ ਐਂਟਰੀ ਲੈਣਾ ਉਹ ਵੇਖੋ ਬੰਦਾ ਤੁਹਾਨੂੰ ਪਤਾ ਲੱਗ ਗਿਆ ਸੀ ਵਲੌਗ ਸ਼ੂਟ ਹੋਣ ਡਿਆ ਹੈ ਨਾ ਆਪਾਂ ਐਂਟਰ ਕਰਕੇ ਹਾਂ ਅਤੇ ਚੱਲੀ ਹੁਣ ਘਰ ਹਾਂਜੀ ਅਤੇ ਮੈਂ ਅਤੇ ਹਰਨੇਕ ਹੁਣ ਆ ਗਈਆਂ ਘਰ ਅਤੇ ਅਸੀਂ ਦੋਵੇਂ ਭੈਣ ਭਰਾ ਹੁਣ ਜਲਦੀ ਜਲਦੀ ਜਿਹੜਾ ਛੋਟਾ ਛੋਟਾ ਕੰਮ ਰਹਿੰਦਾ ਘਰ ਦਾ ਕਰ ਲਈ ਮੇਰੇ ਕੱਪੜੇ ਧੋਣ ਵਾਲੇ ਉਹ ਵੀ ਧੋ ਲਾਂ ਫਿਰ ਮੈਂ ਲਵ ਨੂੰ ਕਿਹਾ ਮੈਂ ਇਕੱਲਾ ਆਪਾਂ ਥੋੜ੍ਹਾ ਜਿਹਾ ਬਾਜ਼ਾਰ ਜਾਂਦੇ ਹਾਂ ਉਸ ਤੋਂ ਬਾਅਦ ਗੁਰਦੁਆਰੇ ਸ਼ਾਮੀ ਜਾਵਾਂਗੇ ਅਤੇ ਤੁਹਾਨੂੰ ਵਿਖਾਵਾਂਗੇ ਗੁਰਦੁਆਰੇ ਅਤੇ ਮੈਂ ਜਲਦੀ ਜਲਦੀ ਕੰਮ ਕਰ ਲਾਂ ਅਤੇ ਇਹਦੇ ਚੈਨਲ 'ਤੇ ਬਣੇ ਰਹੋ ਅਤੇ ਮਿਲਦੇ ਤੁਹਾਨੂੰ ਹਾਂਜੀ ਗਾਈਸ ਥੋੜ੍ਹੇ ਥੋੜ੍ਹੇ ਅਸੀਂ ਸੋਹਣੇ ਸੋਹਣੇ ਬਣ ਗਏ ਹਾਂ ਲਵ ਗਾਈਸ ਕਹਾਂ ਪੇ ਯਹਾਂ ਪੇ ਲਵ ਗਾਈਸ ਯਹਾਂ ਪੇ ਪ੍ਰੀਤੀ ਗਾਈਸ ਆ ਜਾ ਉੱਥੇ ਨੇਕ ਗਾਈਸ ਹਰਮਨ ਬਣਨੇ ਮੰਨ ਜਲਦੀ ਉਧਰ ਦੇਖੋ ਗਾਈਸ ਤੇ ਚਲੋ ਗਾਈਸ ਗਾਈਸ ਕਈ ਹਜ਼ਾਰ ਸਮਾਨ ਲੈਣ ਚਲੋ ਤੇ ਲੈ ਲਾ ਕਿਉਂਕਿ ਉੱਥੇ ਭੀੜ ਬੜੀ ਹੋਣੀ ਤੈਨੂੰ ਪਤਾ ਹੀ ਆ ਹੈਂਡਲ ਕਿੰਨੇ ਕਰਨਾ ਇਹਨੂੰ ਤੇ ਚਲੋ ਹੁਣ ਆਪਾਂ ਚੱਲੇ ਹਾਂ ਤਿੰਨੇ ਜਾਣੀਆਂ ਨਾਲ ਸਾਡਾ ਇੱਕ ਡਰਾਈਵਰ ਬਹਿ ਗਿਆ ਤੇ ਚੱਲੀਏ ਉਹ ਵੇਖੋ ਇੱਕ 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 ਐਟਮ ਸਾਡੇ ਪਿੱਛੇ ਪੈਣ ਡੀ ਆ ਚੱਲ ਆ ਜਾ ਗੱਡੀ ਚ ਕੀ ਤੇਰੀ ਜਾਨ ਆ ਲਵ ਲਿਆ ਨੰਨੇ ਮੁੰਨੇ ਓਏ ਸ਼ਬ ਇਹ ਮੇਰੀ ਮੈਂ ਹੀ ਤੈਨੂੰ ਬਿਠਾਇਆ ਗੱਡੀ ਚ ਨਹੀਂ ਤਾਂ ਲਵ ਨਹੀਂ ਤੈਨੂੰ ਬਿਠਾਉਂਦੀ ਕਹਿ ਗੱਡੀ ਮੇਰੀ ਆ ਤੁਸੀਂ ਨਿਕਲੋ ਚਾਰੇ ਜਾਣੇ ਸ਼ਬ ਕਹਿ ਗੱਡੀ ਮੇਰੀ ਆ
ਤੀ ਨਿਕਲੋ ਸ਼ੋਭਾ ਜਾ ਕੋਈ ਨਹੀਂ ਤੇਰੀ ਗੱਡੀ ਲੈ ਕੇ ਜਾਂਦਾ ਮਿੰਚੀ ਚਲੋ ਟਾਕੇ ਜਿੱਡੀ ਤੇ ਕਿਹਾ ਮੈਂ ਆਪ ਆ ਸ਼ੁਭ ਟਾਕੇ ਚਲਾਉਣੇ ਤੂੰ ਨਹੀਂ ਚਲਾਉਣੇ ਮਿਠਾਈ ਲਈ ਹੈਗਾ ਅਨੇਕ ਉਹਦੇ ਮਿਠਾਈ ਲੈਣ ਉਹਦੇ ਆ ਮੈਨੂੰ ਭੁੱਖ ਲੱਗੀ ਥੋੜ੍ਹਾ ਜਿਹਾ ਕੁਝ ਖਾਣ ਨੂੰ ਲੈ ਦੀ ਮੈਨੂੰ ਸਵੇਰ ਦੀ ਚੱਲ ਆ ਜਾਓ ਮਿਠਾਈਆਂ ਦਾ ਹਾਲ ਵੇਖੋ ਲਵ ਰਹਿਣ ਆ ਜਾ ਕਿਹੜੀ ਲੈਣੀ ਆ ਲਓ ਉਧਰੇ ਰਸਗੁੱਲੇ ਤੇ ਡੱਬਾ ਉਹਦਾ ਤਾਂ 10 ਕਿਲੋ ਉਹਦਾ ਤੇਰੀ ਜ਼ਹਿਰ ਮੇਰਾ ਮਨ ਹਾਂ ਉਹ ਨਾ ਲਈ ਫਿਰ ਆਉਂ ਨਹੀਂ ਲੈਣਾ ਆਪਾਂ ਵੇਸਨ ਕਿੱਥੇ ਲਾ ਵੇਸਨ ਕਿੱਥੇ ਆ ਹੋ ਗਈ ਦੇਣ ਗਈ ਪੁੱਛ ਵੇਸਨ ਵੇਸਨ 3 ਡੱਬੇ ਚਾਹੀਦੇ ਵੇਸਨ ਦੇ ਪੀਆ ਚੱਪ ਕਰ ਦੇ ਚੱਪ ਬਾਏ ਕਰ ਦੇ ਬਾਏ दो लड्डूआं दे ते एक आ मिठाई छे डब्बे हो गए अपने दीदी तेनू सदन दे सब स्कैनर दे उन्नू दीदी नू ਕੀ ਗੱਲ ਆ ਮੇਰੀ ਭੈਣ ਨੂੰ ਮਾਰਦਾ ਪੈ ਦੇ ਦੇ ਤੂੰ ਰੂਬੀ ਇਧਰ ਰੂਬੀ ਆ ਇੱਕ ਚੁੱਕ ਦੇ ਰੂਬੀ ਰੂਬੀ ਮੇਰਾ ਭਰਾ ਨਹੀਂ ਦੇ ਦੇ ਕਰ ਵੇਲਾ ਵੇਲਾ ਦੀਦੀ ਕੌਣ ਸਾ ਲੱਡੂ ਕਰਨਾ ਆ ਇਹਨਾਂ ਨੂੰ ਕਮਨੂੰ ਖਾਣ ਦੇ ਦੇ ਰੂਬੀ ਕਿੱਦਾਂ ਠੀਕ ਆ ਬੜਾ ਸੁੱਟਾ ਲੱਗਣ ਡਿਆ ਉਹ ਤੇਰੇ ਮੂੰਹ ਵਾਲ ਵੇਖਣ ਡਿਆ ਤੇਰੇ ਮੰਮਾ ਮੰਮਾ ਇਹ ਲਾ ਸਾਰੇ ਨੂੰ ਮੰਮਾ ਕਹੀ ਜਾਂਦੇ ਤੇ ਭਰਾ ਮੰਮਾ ਬਣ ਗਏ ਓਏ ਡੈਡੀ ਕੀ ਕਰ ਓਏ ਪਨੀਰ ਕਿੱਥੋਂ ਲੈਣਾ ਤਾਂ ਲਿਆ ਕਿਤੇ ਜਸ਼ਨ ਰੱਖ ਦੇ ਪੀਜ਼ ਚਾਰ ਰੱਖ ਪੀਜ਼ ਚੱਲ ਆ ਪਰ ਆ ਮੈਂ ਨਹੀਂ ਕਰਵਾ ਸਕਦੀ चल तू खा तू चोरी किया चुक लिया वा पता नहीं उन्हें पूछा वा नहीं पूछा यार नहीं कौन चले गुरुद्वारे आ तेल फड़ दीवे फड़ गए तो डब्बे गुरुद्वारे के चलो तुम हम आप गुरुद्वारे जाके मिलते रुमान ले ला चलो फिर घर आके भी जगावे दीवे लैके चलिए चलो गुरुद्वारे दर्शन कर लो चलो हरनेक हरनेक कित्थे आ ਹਰਨੇਕ ਠੀਕ ਆ ਨਾਮ ਸਿਮਰਨ ਮਾਲਾ ਸਿਮਰਨ ਵਾਲੀ ਗੁਰੂ ਜੀ ਦੇ ਬਾਰੇ ਆਪ ਜੀ ਆਪ ਨੂੰ ਜਾਣਨ ਕਰਦੇ ਆ ਆਪ ਨਾਮ ਵੀ
मामी सत श्रीकाल इतने रहा दे चल मोमबत्तियां जगाती है नहीं इतने सारे दीवे च पा देना हां जी मैं ते प्रीति कर लगे हाँ घर विच पूरी अगरबत्ती की कहनी है दीवे लाने लगे सारे घर च मम्मी मिस यू किन्ना सारा प्रिया के छेती छेती आ व्लॉग वेखियो सारे घर चलो मैं दीवे ला लिए मूँह चौके दस आ बड़े स्वाद ही लू आ लड्डू जो होंगे भुखड़ चलो नहीं दीवे जगा लगे हैं तू बाला तेन ज्यादा पाना आता वधिया तरीके ना दे अकल तेन इन सारी उम्र नहीं अकल आनी सारी दुनिया ने अकल आ जाऊगी पर ये बंदे मैं सारे जगाते हैं मैं प्रीति ने तनेक इलू रूबी ने ते चलो हूँ रोटी पानी खाइए तो उधर चलिए दूसरे घर चलाइए आ जाओ निके निके ने न्याणे वाले दादा जब बाबे ने ਉਹ ਸੁੱਤੀ ਆ ਨੀਂਦ ਆਉਂਦੀ ਆ ਠੀਕ ਨਹੀਂ ਅੱਜ ਅੱਜ ਨਾ ਇਹਨੇ ਪਤਾ ਇਹ ਪਿਛਲੀ ਵਾਰੀ ਚ ਬੈਠੀ ਤੇ ਮੈਂ ਅਗਲੀ ਚ ਬੈਠੀ ਤੇ ਆਪਣਾ ਸਿਰ ਆਪੇ ਆਵੇ ਬਣਾ ਲਿਆ ਮਾੜੀ ਜੀ ਹੈਪੀ ਦੀਵਾਲੀ ਹੈਪੀ ਦੀਵਾਲੀ ਚਲ ਚਲ ਇੱਕ ਹੋਰ ਲੈ ਕੇ ਆ ਚੜਪੜੀ ਚਲਾਓ
ਲੈ ਅੱਜ ਤੇ ਤੈਨੂੰ ਚ ਚਲਾਉਣੀ ਆ ਇਹ ਤਾਂ ਕਿਹੜਾ ਪਸਾਕਾ ਪਹਿਨ ਕਰੀ ਓਏ ਤੂੰ ਚਲਾਤੀ ਮੈਂ ਲਾ ਵੇ ਤੂੰ ਕਾਹ ਕਰ ਆ ਕਰ हरमन दे पूरा डरन दी हरमन आज कोशिश करेंगी लावन नार के पटाका मैं नहीं दा करके ही कांड हो गली दे बाहर त्रपला हरमन कतरों के कलाड़ी खेडन दी है चल ला तू के डर के आना अंदर जाओ ती भी जाओ ने चलो एक कतरों के कल हाँ जी तो दिवाली आप मना ली तो क्योंकि शुभ करके पटाके लिया जी पटाके शुभ करके चला लिया क्योंकि ऐसे असं पटाके नहीं लिया शुभ करके लिया तो चला ले बहुत वधिया चलो देन दिया तो बाकी मम्मी मेरे छेती छेती ठीक हो घर आ जाए तो कोई ना अगली दिवाली अज तो वधिया होर मनावे चलो दुख दर्द का पता नहीं लगता किड़े वेले आ जाता तो पर मेरा फर्ज ही करन दा दीये जगाउणा गुरद्वारे जगाउणा क्योंकि सुन्ना घर नहीं छड्ड सकदे गुरद्वारे भी जाना है इस करके गए तो चलो अग मिलदे हो तुहानू अपने अगले व्लॉग च जे व्लॉग वधिया लगे लाइक शेयर कमेंट जरूर कर दो चैनल सब्सक्राइब कर दो बाय हरमन बाय शुभ शुभ बाय कर दो इहनू भुख लगी हले चलो।